ਆਪਣੀ ਨੂੰਹ ਅਤੇ ਪੁੱਤ ਦੀ ਵਿਆਹ ਵਾਲੀ ਐਲਬਮ ਦੇਖ ਰਿਹਾ। ਇਹ ਹੈ ਨਾਭਾ ਦੇ ਹੀਰਾ ਮਹਿਲ ਦਾ ਰਹਿਣ ਵਾਲਾ ਜਸਵਿੰਦਰ ਸਿੰਘ। ਜਸਵਿੰਦਰ ਸਿੰਘ ਨਾਲ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ ਸੈਟਲ ਕਰਨ ਦੇ ਚੱਕਰ 'ਚ ਅਜਿਹੀ ਠੱਗੀ ਵੱਜੀ ਹੈ ਕਿ ਪੂਰਾ ਨਾਭਾ ਸ਼ਹਿਰ ਜਿਸ ਨੂੰ ਸੁਣ ਕੇ ਹਿੱਲ ਗਿਆ। ਅਸਲ 'ਚ ਜਸਵਿੰਦਰ ਸਿੰਘ ਹੋਰਾਂ ਨੇ ਇੱਕ ਇਸ਼ਤਿਹਾਰ ਦੇਖਿਆ ਸੀ ਜਿਸ 'ਚ ਪਰਿਵਾਰ ਵਾਲਿਆਂ ਨੇ ਕਿਹਾ ਸੀ ਪੜ੍ਹਾਈ ਕਰਨ 'ਚ ਕੁੜੀ ਹੁਸ਼ਿਆਰ ਹੈ, ਇਸ ਲਈ ਉਹ ਚੰਗੇ ਬੈਂਡ ਲੈ ਕੇ ਆਪਣੇ ਘਰ ਵਾਲੇ ਦੀ ਸਹਾਇਤਾ ਵਿਦੇਸ਼ ਜਾਣ 'ਚ ਕਰ ਸਕਦੀ ਹੈ। ਜਿਸ ਤੋਂ ਬਾਅਦ ਇਸੇ ਰਜ਼ਾਮੰਦੀ ਦੇ ਚੱਲਦਿਆਂ ਜਸਵਿੰਦਰ ਸਿੰਘ ਦੇ ਪਰਿਵਾਰ ਨੇ ਕੁੜੀ ਕੋਮਲਪ੍ਰੀਤ ਦੇ ਆਈਲੈਟ ਸਮੇਤ ਹੋਰ ਖਰਚੇ ਚੁੱਕੇ ਅਤੇ ਕੋਮਲਪ੍ਰੀਤ ਦੇ 7 ਬੈਂਡ ਆਉਣ ਉਪਰੰਤ ਅੰਮ੍ਰਿਤਪਾਲ ਨਾਲ 13 ਜੁਲਾਈ 2016 ਨੂੰ ਵਿਆਹ ਹੋ ਗਿਆ। ਮੁੰਡੇ ਵਾਲਿਆਂ ਨੇ ਕਿਵੇਂ 20 ਲੱਖ ਰੁਪਏ ਇਕੱਠੇ ਕੀਤੇ ਤੇ ਕੁੜੀ ਨੇ ਕੈਨੇਡਾ ਜਾ ਕੇ ਕੀ ਕੁਝ ਕੀਤਾ, ਜ਼ਰਾ ਸੁਣੋ ਅੰਮ੍ਰਿਤਪਾਲ ਦੇ ਪਿਤਾ ਦੀ ਜ਼ੁਬਾਨੀ। ਐਂ ਹੋਇਆ ਜੀ, 5ਵੇਂ ਮਹੀਨੇ ਦੇ ਵਿੱਚ ਅਖਬਾਰ 'ਚ ਆਇਆ ਸੀਗਾ 16 'ਚ, ਅਤੇ ਮੇਰੇ ਘਰਦਿਆਂ ਨੇ ਅਖਬਾਰ 'ਚ ਪੜ੍ਹਿਆ। ਉਸ ਤੋਂ ਬਾਅਦ ਇਹਦੀ ਮਾਂ ਨਾਲ ਗੱਲ ਹੋਈ, ਕੋਮਲਪ੍ਰੀਤ ਕੌਰ ਜੀ ਨਾਲ, ਅਤੇ ਉਸ ਤੋਂ ਬਾਅਦ ਕੀ ਹੋਇਆ, ਇਹ ਆਏ ਸਾਡੇ ਘਰ, ਇਹਦੇ ਮਾਮਾ ਜੀ ਜਾਗਰ ਸਿੰਘ ਅਤੇ ਮਾਂ ਕੁਲਦੀਪ ਕੌਰ, ਪਿਤਾ ਜੀ ਅਮਰ ਸਿੰਘ ਅਤੇ ਭਾਈ ਹਰਕਮਲ ਸਿੰਘ। ਇਹ ਕਹਿੰਦੇ ਵੀ ਸਾਡੇ ਕੋਲ ਵੀ ਸਾਡੀ ਕੁੜੀ ਹੁਸ਼ਿਆਰ ਆ, ਵੀ ਤੁਹਾਡਾ ਮੁੰਡਾ, ਇਹਨਾਂ ਨੇ ਘਰਦਿਆਂ ਨੇ ਪਹਿਲਾਂ ਦੱਸਤਾ ਸੀ ਵੀ ਆਸਟ੍ਰੇਲੀਆ ਦਾ ਵੀਜ਼ਾ ਰਿਜੈਕਟ ਹੋ ਗਿਆ ਸਾਡਾ, ਵੀ ਜੇ ਕੁੜੀ ਪੜ੍ਹੀ ਲਿਖੀ ਹੋਵੇ ਤਾਂ ਅਸੀਂ ਪੈਸੇ ਲਾ ਦਾਂਗੇ। ਉਹ ਕਹਿੰਦੇ ਵੀ 20 ਤੋਂ 22 ਲੱਖ ਤੱਕ ਰੁਪਈਆ ਖਰਚਾ ਆ ਸਕਦਾ, ਵੀ ਅਸੀਂ ਸਾਡੀ ਕੁੜੀ ਨਾਲ ਪੱਕਾ ਵਿਆਹ ਕਰ ਲਓ ਤੁਸੀਂ, ਵੀ ਪੈਸੇ ਲਾ ਦਿਓ ਤੁਸੀਂ। ਅਸੀਂ ਸਾਰਾ ਕੁਛ 13/7/2016 ਨੂੰ ਵਿਆਹ ਹੋ ਗਿਆ ਜੀ। ਵਿਆਹ ਹੋਣ ਤੋਂ ਬਾਅਦ ਇਹਨਾਂ ਨੇ ਨਵੰਬਰ ਦੇ ਵਿੱਚ ਟੱਚ ਸਟੋਨ ਲੁਧਿਆਣੇ ਐਡਮਿਸ਼ਨ ਲੈ ਕੇ ਦਸੰਬਰ 'ਚ 7 ਬੈਂਡ ਲੈ ਗਈ। ਇਹ 7 ਬੈਂਡ ਲੈਣ ਤੋਂ ਬਾਅਦ ਇਹਨਾਂ ਨੇ ਪਹਿਲਾਂ ਕੁਛ ਇਹ ਸੀਗੀ, ਸਾਰੇ ਪਰਿਵਾਰ ਦੇ ਵਿੱਚ ਵਿਚਾਰ ਹੋਈ ਵੀ ਆਸਟ੍ਰੇਲੀਆ ਜਾਊ, ਕਿਉਂਕਿ ਮੇਰੀ ਬੇਟੀ 12 ਦੀ ਆਸਟ੍ਰੇਲੀਆ ਗਈ ਹੋਈ ਆ। ਇਹਨਾਂ ਨੇ ਫਿਰ ਬਾਅਦ 'ਚ ਰਾਏ ਬਣਾ ਕੇ ਮੁੰਡੇ ਨੂੰ ਗੁੱਡ ਫੇਸ 'ਚ ਲੈ ਕੇ ਉਸ ਤੋਂ ਬਾਅਦ ਇਹਨਾਂ ਨੇ ਕੈਨੇਡਾ ਦਾ ਪਾ ਲਿਆ ਪੀਂਗ, ਵੀ ਕੈਨੇਡਾ 'ਚ ਛੇਤੀ ਪੱਕਾ ਹੋ ਜਾਂਦਾ ਬੰਦਾ, ਅਸੀਂ ਕੈਨੇਡਾ ਭੇਜ ਦਿੰਦੇ ਹਾਂ, ਵੀ ਕੁੜੀ ਨਾਲ ਦੀ ਨਾਲ ਉੱਥੋਂ ਪੇਪਰ ਭੇਜ ਦੂਗੀ, ਝਾਂਸਾ ਦੇਤਾ। ਹਾਂਜੀ, ਝਾਂਸਾ ਦੇਤਾ। ਅਸੀਂ ਸਾਰੀਆਂ ਫੀਸਾਂ ਭਰੀਆਂ, ਸਾਰਾ ਖਰਚਾ ਕਰਿਆ, ਆਈਲੈਟਸ ਕਰਾਈ, ਬਿਮਾਰ ਹੋ ਗਈ ਉਹਦਾ ਵੀ ਖਰਚਾ ਕੀਤਾ, ਟੋਟਲੀ ਖਰਚਾ ਕਰਿਆ ਅਸੀਂ 20 ਲੱਖ ਦੇ ਉੱਤੇ ਸਾਡਾ ਖਰਚਾ ਹੋਇਆ ਹੋਇਆ। ਇਹਨੇ ਮੇਰੇ ਘਰ ਵਾਲੀ ਔਰ ਮੇਰਾ ਬੇਟਾ ਇਹਨੂੰ ਜਾ ਕੇ ਦਿੱਲੀ ਏਅਰਪੋਰਟ ਤੋਂ ਚੜ੍ਹਾ ਕੇ ਆਏ, ਫੀਸਾਂ ਮੇਰੇ ਖਾਤੇ 'ਚੋਂ ਗਈਆਂ ਹੋਈਆਂ, ਖਰਚਾ ਮੇਰੇ ਖਾਤੇ 'ਚੋਂ ਗਿਆ ਹੋਇਆ। ਅਸੀਂ ਜ਼ਮੀਨ 1 ਕਿੱਲਾ ਵੇਚੀ ਤਾਂ ਇਹਦੇ ਪੈਸੇ ਭਰੇ, ਅਤੇ ਉਦੋਂ ਬਾਅਦ ਇਹ ਕਹਿੰਦੀ ਵੀ ਮੈਂ ਵਿਦਨ ਵੀਕ ਵੀ ਬੇਟੇ ਦੇ ਕਾਗਜ਼ ਭੇਜ ਦੂੰ। ਅਸੀਂ ਕਿਹਾ ਵੀ ਠੀਕ ਆ, ਵੀ ਕਾਗਜ਼ ਜਾਣਸਾਰ ਭਾਈ ਭੇਜ ਦੀ। ਉਦੋਂ ਬਾਅਦ ਇਹਦਾ 4ਥੇ ਦਿਨ ਫੋਨ ਆਇਆ ਵੀ 5.25 ਲੱਖ ਰੁਪਈਆ ਹੋਰ ਭਰੋ, ਅਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਭਾਈ 5.25 ਲੱਖ ਰੁਪਈਆ ਪਹਿਲਾਂ ਹੀ ਤੇਰੇ ਸਾਹਮਣੇ ਆ, ਵੀ ਹੁਣ ਆਪਾਂ ਤਾਂ ਜਾਇਦਾਦ ਵੇਚ ਕੇ ਤਾਂ ਪੈਸੇ ਭਰੇ ਨੇ, ਵੀ ਐਡੀ ਛੇਤੀ ਅਸੀਂ 5.25 ਲੱਖ ਕਿੱਥੋਂ ਇਕੱਠਾ ਕਰਕੇ ਦੇ ਦਈਏ, ਵੀ ਤੂੰ ਬੇਟੇ ਦੇ ਕਾਗਜ਼ ਭੇਜ, ਵੀ ਫਿਰ ਅਸੀਂ ਪੈਸੇ ਵੀ ਭਰਾਂਗੇ ਜਿਹੜੇ ਬਾਕੀ ਰਹਿੰਦੇ ਆ, ਚਾਹੇ ਅਸੀਂ ਕੁਛ ਕਰੀਏ ਜਿਵੇਂ ਮਰਜ਼ੀ ਕਰੀਏ, ਪੈਸਾ ਇਕੱਠਾ ਕਰੀਏ, ਪੈਸਾ ਭਰਾਂਗੇ, ਬੇਟਾ ਸਾਡਾ ਕੈਨੇਡਾ ਪਹੁੰਚਣਾ ਚਾਹੀਦਾ। ਲੇਕਿਨ ਹੁਣ ਜਾਣੀ 30-32 ਮਹੀਨੇ ਹੋ ਗਏ, ਇਹਨੇ ਬੇਟੇ ਦੇ ਕਾਗਜ਼ ਨਹੀਂ ਭੇਜੇ, ਉਲਟਾ ਹੁਣ ਬੇਟੇ ਨੂੰ 4 ਮਹੀਨੇ ਪਹਿਲਾਂ ਕਹਿੰਦੀ ਵੀ 50-60 ਲੱਖ ਰੁਪਈਆ ਲੱਗੂਗਾ PR ਹੋਣ 'ਤੇ, ਇਹਨੇ ਇਕੱਲੀ ਨੇ ਆਪਦੀ ਨੇ PR ਅਪਲਾਈ ਕਰਤੀ, ਸਾਡੇ ਬੇਟੇ ਦਾ ਕੋਈ ਨਾਂ ਨਹੀਂ, ਤਾਂ ਅਸੀਂ ਇਹ ਸਟੈਪ ਚੱਕਿਆ। ਉੱਧਰ ਪੂਰੇ ਮਾਮਲੇ 'ਚ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਸਾਰੀ ਜਾਂਚ ਤੋਂ ਬਾਅਦ ਪਰਚਾ ਦਰਜ ਕਰ ਲਿਆ ਗਿਆ ਅਤੇ ਛੇਤੀ ਹੀ ਮਾਮਲੇ 'ਚ ਮੁਲਜ਼ਮ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜੀ। ਇਹ ਮੁਕੱਦਮਾ ਨੰਬਰ 121 ਮਿਤੀ 15/11/19 ਅੰਡਰ ਸੈਕਸ਼ਨ 420, 406, 120B।
ਤਹਿਤ ਜਸਵਿੰਦਰ ਸਿੰਘ ਦੀ ਦਰਖਾਸਤ, ਜਸਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਹੀਰਾ ਮਹਿਲ ਨਾਭਾ ਦੀ ਦਰਖਾਸਤ ਦੀ ਪੜਤਾਲ ਤੋਂ ਬਾਅਦ ਉਕਤ ਮੁਕੱਦਮਾ ਦਰਜ ਰਜਿਸਟਰਡ ਹੋਇਆ। ਇਹ ਮੁਕੱਦਮੇ ਦੇ ਵਿੱਚ ਦਰਖਾਸਤਕਰਤਾ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਦਾ ਵਿਆਹ ਕੋਮਲਪ੍ਰੀਤ ਕੌਰ ਪੁੱਤਰੀ ਅਮਰ ਸਿੰਘ ਦੇ ਨਾਲ ਹੋਇਆ ਸੀ ਅਤੇ ਇਹਦੇ ਵਿੱਚ ਇਹ ਸੀ ਵੀ ਜਿਹੜੀ ਲੜਕੀ ਹੈ ਕੋਮਲਪ੍ਰੀਤ ਕੌਰ, ਇਹਦੇ ਬਾਹਰ ਜਾਣ 'ਤੇ ਅਤੇ ਆਈਲੈਟਸ 'ਤੇ ਸਾਰਾ ਖਰਚਾ ਉਹਦਾ ਸਹੁਰਾ ਪਰਿਵਾਰ ਕਰੇਗਾ। ਸਹੁਰਾ ਪਰਿਵਾਰ ਨੇ ਸਾਰਾ ਖਰਚਾ ਕੀਤਾ ਕਰੀਬ 20 ਲੱਖ ਰੁਪਇਆ, ਵਿਆਹ 'ਤੇ ਆਈਲੈਟਸ 'ਤੇ ਅਤੇ ਬਾਹਰ ਭੇਜਣ 'ਤੇ 20 ਲੱਖ ਰੁਪਇਆ ਖਰਚਾ ਕੀਤਾ। ਅਤੇ ਮਦਈ ਜਿਹੜਾ ਹੈਗਾ ਜਸਵਿੰਦਰ ਸਿੰਘ, ਇਹਨੂੰ ਇਹ ਉਮੀਦ ਸੀ ਵੀ ਜਦੋਂ ਮੇਰੀ ਨੂੰਹ ਬਾਹਰ ਚਲੀ ਜਾਊਗੀ ਮੇਰੇ ਪੁੱਤ ਨੂੰ ਵੀ ਅੰਮ੍ਰਿਤਪਾਲ ਨੂੰ ਬਾਹਰ ਲੈ ਕੇ ਜਾਊਗੀ, ਪਰ ਜਦੋਂ ਉਹ ਸਾਰਾ ਖਰਚਾ ਲਵਾ ਕੇ ਬਾਹਰ ਚਲੀ ਗਈ ਕੋਮਲਪ੍ਰੀਤ ਕੌਰ, ਉਹਨੇ ਆਪਣੇ ਘਰ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਜਵਾਬ ਦੇ ਦਿੱਤਾ ਵੀ ਮੈਂ ਤੈਨੂੰ ਨਹੀਂ ਲਿਜਾਣਾ, ਆਪਣੀ ਮਾਤਾ ਨੂੰ ਲੈ ਕੇ ਚਲੀ ਗਈ। ਇਸ ਕਰਕੇ ਇਹ 5 ਜਣਿਆਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਅਤੇ ਇਹਦੀ ਤਫਤੀਸ਼ ਜਾਰੀ ਹੈ, ਜਲਦੀ ਹੀ ਦੋਸ਼ੀ ਹੈ ਪਰ ਰੇੜਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਸੋ ਆਪਣੀ ਕਿਸਮ ਦੇ ਇਸ ਨਵੇਂ ਫਰੋਡ ਨੇ ਜਿੱਥੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਆਰਥਿਕ ਪੱਖੋਂ ਹੌਲਾ ਕਰ ਦਿੱਤਾ, ਉੱਥੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਇਸ ਮਾਮਲੇ ਨੇ ਦਾਗ ਲਗਾ ਦਿੱਤਾ। ਹਕੀਕਤ ਟੀਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।